ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਇੰਨੇ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ ਘਟ ਜਾਵੇਗੀ ਤਨਖਾਹ ਆਈ ਵੱਡੀ ਤਾਜ਼ਾ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣ ਤੇ ਨਾਲ ਨਾਲ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੋਂ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ ਨਵਾਂ ਲੇਬਰ ਕੋਡ ਹੋਣ ਨਾਲ ਨੌਕਰੀ ਪੇਸ਼ਾ ਲੋਕਾਂ ਦੀ ਹਰੇਕ ਹੋਮ ਸੈਲਰੀ ਕੱਟ ਸਕਦੀ ਹੈ ਅਗਲੇ ਮਹੀਨੇ ਦੇਸ਼ 'ਚ ਚਾਰ ਲੇਬਰ ਕੋਡ ਲਾਗੂ ਹੋ ਜਾਵੇਗੀ ਔਨ ਅਨੁਸਾਰ ਕੰਪਨੀਆਂ ਨੂੰ CTC ਚ ਬੇਸਿਕ ਪੈ ਦਾ ਹਿੱਸਾ ਕਟੋਗੜ ਪਾਂਜਾਬ ਸਿੱਧੀ ਕਰਨਾ ਹੋਵੇਗਾ ਸਪਸ਼ਟ ਹੈ ਇਸ ਦੇ ਅਧਾਰ ਤੇ ਪੈ ਵੀ ਕੱਟੇਗਾ ਜਦੋਂ ਬੇਸ਼ੱਕ ਪੈ ਜਾਵੇ ਤਾਂ PF ਚ ਕੰਟਰੀਬਿਊਸ਼ਨ ਵਧ ਜਾਵੇਗਾ ਇਸ ਨਾਲ PF ਚ ਗੈਟੀਟਿਊਡ ਦੋਵਾਂ ਦੀ ਕੰਟਰੀਬਿਊਸ਼ਨ ਵਧ ਜਾਵੇਗੀ ਇਸ ਕਾਰਨ ਤਨਖਾਹ ਚ ਵਾਧੇ ਦੇ باوجود ਤੁਹਾਡੀ ਟੇਕ ਹੋਮ ਸੈਲਰੀ ਕੱਟ ਸਕਦੀ ਹੈ ਲੇਬਰ ਕੋਡ ਤਹਿ ਤਨਖਾਹ ਦੀ ਨਵੀਂ ਪਰਿਭਾਸ਼ਾ ਲੇਬਰ ਕੋਡ ਤਹਿਤ ਪਰ ਤਨਖਾਹ ਦੀ ਨਵੀਂ ਪਰਭਾਸ਼ਾ ਤੈਅ ਕੀਤੀ ਗਈ ਹੈ ਇਸ ਕਾਰਨ ਕੰਪਨੀਆਂ ਨੂੰ ਗ੍ਰੈਚੂਇਟੀ ਛੁੱਟੀ ਬਦਲੇ ਪੈਸੇ ਤੇ ਪੀਐਫ ਲਈ ਵੱਧ ਰਕਮ ਦਾ ਪ੍ਰਬੰਧ ਕਰਨਾ ਹੋਵੇਗਾ ਨਵੇਂ ਨਿਯਮ ਤਹਿਤ ਵਿਤੀ ਪ੍ਰਭਾਵ ਦਾ ਮੁਲਾਂਕਣ ਕਰਨ ਤੋਂ ਬਾਅਦ ਕੰਪਨੀਆਂ ਸਾਲ ਦੇ ਦੂਜੇ ਅੱਧ ਵਿੱਚ ਉਹਨਾਂ ਦੇ ਤਨਖਾਹ ਬਜਟ ਦੀ ਸਮੀਖਿਆ ਕਰਨਗੀ ਇਸ ਸਮੀਖਿਆ ਕਾਰਨ ਵੱਧ ਤੇ ਮੀਡੀਅਮ ਤਨਖਾਹਾਂ 'ਤੇ ਜ਼ਿਆਦਾਤਰ ਪ੍ਰਭਾਵ ਨਹੀਂ ਪਵੇਗਾ ਪਰ ਨਵੇਂ ਨਿਯਮ ਅਨੁਸਾਰ ਘੱਟ ਤਨਖਾਹ ਲੈਣ ਵਾਲਿਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਨ੍ਹਾਂ ਦਾ ਵੱਡਾ ਹਿੱਸਾ ਆਪਸ ਚ ਮਰਜ ਹੋ ਜਾਵੇਗਾ ਇਸ ਨਾਲ ਪੀਐਫ ਅਤੇ ਗ੍ਰੈਚੁਇਟੀ ਕੰਟਰੀਬਿਊਸ਼ਨ ਲਈ ਵੱਧ ਪੈਸੇ ਕੱਟਣ ਜਾਣਗੇ ਜਾ ਰਿਹਾ ਹੈ ਕਿ ਇਸ ਨਾਲ ਟੇਕ ਹੋਮ ਸੈਲਰੀ ਕੱਟ ਹੋ ਜਾਵੇਗੀ ਕਿਹਾ ਜਾ ਰਿਹਾ ਹੈ ਕਿ ਨਵੇਂ ਤਨਖਾਹ ਰੀਸਟਰਕਚਰਿੰਗ ਨਾਲ ਉਹਨਾਂ ਦੀ ਤਨਖਾਹ 25 ਤੋਂ 30 ਫੀਸਦੀ ਤੱਕ ਦੀ ਕਮੀ ਆਵੇਗੀ ਕਟੋਕਾਰਡ ਪੈਨਸ਼ਨ 'ਚ ਕੋਈ ਵਾਦਾ ਨਹੀਂ ਹੋਵੇਗਾ ਇਸ ਦੌਰਾਨ ਸਰਕਾਰ ਨੇ ਕਿਹਾ ਕਿ ਕਰਮਚਾਰੀ ਪੈਨਸ਼ਨ ਸਕੀਮ 95 ਅਧੀਨ ਮਿਲਣ ਵਾਲੇ ਘੱਟ-ਘੱਟ ਮਹੀਨੇਵਾਰ ਪੈਨਸ਼ਨ ਨੂੰ ਵਧਾਉਣਾ ਸੰਭਵ ਨਹੀਂ ਹੈ ਸਰਕਾਰ ਦਾ ਕਹਿਣਾ ਹੈ ਕਿਸ ਜੋਦੋ ਤੱਕ ਇਸ ਲਈ ਬਿਜਟ ਸਹਾਇਤਾ ਮਿਲ ਨਹੀਂ ਜਾਂਦੀ ਘੱਟੋ ਘੱਟ ਪੈਨਸ਼ਨਦੋਨਾ ਮੁਸ਼ਕਲ ਹੈ ਸਰਕਾਰ ਦਾ ਕਹਿਣਾ ਹੈ ਕਿ ਈਪੀਐਸ 95 ਦੀ ਸਮੀਖਿਆ ਕਰਨ ਲਈ ਕੁਝ ਅਧਿਕਾਰੀ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਨੇ ਕੁਝ ਸ਼ਰਤਾਂ ਨਾਲ ਮਹੀਨਾਵਾਂ ਤਨਖਾਹ ਵਧਾਉਣ ਦੀ ਸਿਫਾਰਸ਼ ਕੀਤੀ ਸੀ ਪਰ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਾਵਰ ਨੇ ਕਿਹਾ ਕਿ ਸਰਕਾਰ ਇਸ ਦੇ ਭਾਰ ਅਜੇ ਸਹਿਣ ਕਰਨ ਦੇ ਯੋਗ ਨਹੀਂ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ